ਤੇ ਬਾਕੀ ਜਨਾਬ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਬੱਕਰੀਆਂ ਚੈੱਕ ਰਹਿਣਾ ਕਿ ਜਨਾਬ ਹਾਸਲ ਔਰ ਬੱਕਰੀਆਂ ਗੱਭਣਾ ਬੱਚਿਆਂ ਵਾਲੀਆਂ ਜਿਸ ਤਰ੍ਹਾਂ ਦੀ ਬੱਕਰੀਆਂ ਵੀ ਖਲੋਤੀਆਂ ਜਨਾਬ ਤੁਹਾਨੂੰ ਮੰਡੀ ਦੇ ਰੇਟ ਚੈੱਕ ਰਹਿਣਾ ਕਿ ਇਹ ਕੀ ਰੇਟ ਚੱਲ ਰਿਹਾ। ਪਹਿਲਾ ਨੰਬਰ ਜਨਾਬ ਇਹ ਮੋਨੀ ਬੱਕਰੀ ਖਲੋਤੀ ਹੈ ਜਨਾਬ, ਇਹ 4 1 4.5 ਮਹੀਨੇ ਦੀ ਮਾਸ਼ਾਅੱਲਾ ਗੱਭਣ ਹੈ। ਇਹ ਕੀ ਰੇਟ ਕਰ ਰਹੇ ਨੇ? 70,000। ਕਿੰਨੇ ਮਹੀਨੇ ਟਾਈਮ ਲੈਂਦੀ ਸੂਣ ਨੂੰ? 15 ਦਿਨ ਲੈ ਜਾਏਗੀ। 15 ਦਿਨ ਬੱਚੇ ਵਾਲੀ ਹੈ। ਇਹਦਾ ਰੇਟ ਕੀ ਹੈ ਭਈਆ? ਚਲੇ ਮਾਦੀ ਹੈ, ਇਹਦਾ 45,000 ਜਨਾਬ। ਇਹਦੀ ਇਹ ਮਾਦੀ ਹੈ ਔਰ ਇਹ ਜਿਹੜੀ ਇਹ ਗੱਭਣ ਹੈ, ਇਹਦਾ ਰੇਟ ਕੀ ਹੈ? 40,000। ਬਾਕੀ ਜਨਾਬ ਜਿਹੜੇ ਜਿਹੜੇ ਜਾਨਵਰ ਖਲੋਤੇ ਨੇ ਬਾਈ ਉਹਨਾਂ ਮੈਂ ਚੈੱਕ ਕਰਾਂ, ਫਿਰ ਦੂਜੀਆਂ ਪਾਰਟੀਆਂ ਦੇ ਵੀ ਰੇਟ ਚੈੱਕ ਕਰਿਆ ਸੋ ਇਨਸ਼ਾਅੱਲਾ ਤੁਹਾਨੂੰ। ਇਹ ਕਿੰਨਾ ਟਾਈਮ ਦੀ ਗੱਭਣ ਹੈ? 15-20 ਦਿਨ ਲੈਂਦੀ ਹੈ। ਠੀਕ, ਇਹਦਾ ਕੀ ਰੇਟ ਕਰ? 55,000। ਠੀਕ, ਔਰ ਉਸ ਤੋਂ ਬਾਅਦ ਜਨਾਬ ਇਹ ਤਾਂ ਖਾਲੀ ਹੈ ਜਨਾਬ, ਇਹ ਫੰਡੇਰੇ, ਇਹਦਾ ਕੀ ਰੇਟ ਕਰ ਹੈ? ਇਹਦਾ ਵੀ 55,000। ਖਾਲੀ ਤਾਂ 55,000। ਹਾਂਜੀ, ਔਰ ਉਸ ਤੋਂ ਬਾਅਦ ਜਨਾਬ ਇਹ ਪਾਠ ਖੜੋਤੀ ਜਨਾਬ, ਇਹ ਕਿੰਨਾ ਟਾਈਮ ਲੈਂਦੀ ਸੂਣ ਨੂੰ? 10-15 ਦਿਨ ਜਨਾਬ ਇਹ ਵੀ ਸੂਣ ਨੂੰ ਲੈ ਰਹੀ ਸੀ। ਪਹਿਲਾਂ ਪਾਠੇ ਮੂੰਹ ਕਿਵੇਂ? ਮੂੰਹ 'ਚ ਜਨਾਬ 2 ਦੰਦ ਦੱਸ ਰਹੀ ਹੈ, ਬਾਕੀ ਮੂੰਹ ਪੜ ਕੇ ਵੀ ਬਾਈ ਚੱਕ ਲਿਆ। ਪੇਟ ਦੀ ਜਿਸਮ ਤਾਂ ਮਾਸ਼ਾਅੱਲਾ 600, ਬਾਕੀ ਮੁਕੱਦਰ ਯਾ ਨਸੀਬ। ਇਹ ਜਨਾਬ 2 ਦੰਦ ਬਿਲਕੁਲ 2 ਦੰਦ ਤਾਜ਼ੀ 2 ਦੰਦ ਹੋ ਰਹੀ ਹੈ, ਠੀਕ, ਪੂਰੇ 2 ਦੰਦ ਵੀ ਨਹੀਂ ਕੀਤੇ ਸੂ। ਅਤੇ ਸਰ ਇਹਦਾ ਰੇਟ ਕੀ ਕਰ ਰਹੇ ਨੇ? 1,30,000। ਸਰ ਕੋਈ ਸਹੀ ਦੱਸੋ ਹਾਂ, 1,25,000 ਇਹਦੀ ਡਿਮਾਂਡ ਜਨਾਬ, 1,25,000 ਕਰ ਰਿਹਾ, ਕਿਉਂਕਿ 2 ਦੰਦ ਦੇ ਪਏ ਅਤੇ ਤਕਰੀਬਨ ਕਰਾਸ ਵੀ ਤਕਰੀਬਨ 4-4.5 ਮਾਂ ਦੀ ਕਨਫਰਮ ਕਹਿ ਰਹੀ ਹੈ। ਅਤੇ ਬਾਕੀ ਆਖਰੀ ਨੰਬਰ 'ਤੇ ਖੜੋ, ਇਹਦਾ ਰੇਟ ਕੀ ਕਰ ਰਹੇ ਨੇ? ਇਹਦਾ 1,50,000। ਇਹਦਾ ਜੇ ਰੇਟ ਜ਼ਿਆਦਾ ਹੈ ਮਾਝੇ ਦੀ ਹੈ ਜਨਾਬ, ਇਹ ਆਖਰੀ ਅੱਗੇ ਮਾਝਣ ਬੱਕਰੀ ਹੈ, ਯਾਨੀ ਕਿ ਜਿਹੜੀ ਦੁੱਧ ਚੰਗਾ ਦਿੰਦੇ ਜੀ, ਸਾਮਤ ਅੱਛੀ ਹੁੰਦੀ ਹੈ। ਇਹਦਾ ਰੇਟ ਕੀ? 1,50,000। ਫਾਈਨਲ ਕਿੰਨਾ? 1,30,000 ਦੀ। ਅਦਾ ਮੋਬਾਈਲ ਨੰਬਰ ਦੱਸਿਆ? ਬਸ ਤਿਆਰ ਹੀ ਹੈ। ਇਹ ਵੇਖੋ ਜੀ ਮਾਸ਼ਾਅੱਲਾ, 0303-3131-3147 416 ਜਨਾਬ, ਇਹ ਬਾਈ ਉਹਨਾਂ ਦੇ ਜਾਨਵਰ ਖਲੋਤੇ ਨੇ। ਜਿਹੜਾ ਪਸੰਦ ਆਵੇ ਤੁਹਾਨੂੰ ਜੀ, ਇਹਨਾਂ ਦਾ ਰਾਬਤਾ ਕਰ ਸਕਦੇ ਨੇ। ਬਾਕੀ ਹੋਰ ਮੱਖੀਆਂ ਚੀਨੀ ਬੱਕਰੀਆਂ ਵੀ ਖਲੋਤੀਆਂ ਅਤੇ ਮੈਂ ਉਹਨਾਂ ਦਾ ਰੇਟ ਵੀ ਬਾਈ ਨੂੰ ਪੁੱਛਣਾ ਦੱਸਣਾ। ਮੰਡੀ ਜਨਾਬ ਇਹ ਹਾਸਲਪੁਰ ਵੀਰਾਨ ਮੰਡੀ, ਕੋਈ ਖਾਸ ਇੱਥੇ ਜਾਨਵਰ ਕੋਈ ਨਹੀਂ ਆਉਂਦੇ, ਘੱਟ ਵਪਾਰੀਆਂ ਕੋਲ ਆਉਂਦੇ ਨੇ, ਬਹੁਤ ਘੱਟ ਜਾਨਵਰ ਆਉਂਦੇ ਨੇ। ਅਤੇ ਰੇਟ ਤੁਹਾਨੂੰ ਮੈਂ ਚੈੱਕ ਕਰਾ ਰਹੀ ਹਾਂ, ਇਹ ਵੀ ਮਾਸ਼ਾਅੱਲਾ ਤਕਰੀਬਨ ਸਾਰੀਆਂ ਹੀ ਗੱਭਣਾ ਬੱਕਰੀਆਂ ਖਲੋਤੀਆਂ। ਇਹ ਜਨਾਬ ਚੈੱਕ ਕਰ ਲਓ, ਅਤੇ ਇਹਨਾਂ ਦਾ ਰੇਟ ਵੀ ਪੁੱਛ ਲੈਂਦੇ ਕਿ ਕੀ ਮੰਗ ਰਹੇ ਹਨ ਭਾਈ ਹੋਰੀ। ਇਹ ਜਨਾਬ ਇਹ ਕਿੰਨੀਆਂ ਬੱਕਰੀਆਂ ਲਾਲਾ ਤੁਹਾਡੇ ਕੋਲ? 11 ਸਾਰੀਆਂ ਗੱਭਣਾਂ ਨੇ ਕਿ ਵਿੱਚ ਖਾਲੀ ਹਨ? ਉਹ ਜ਼ਿਕਰ ਉਹ ਕਰੇ ਸੀ ਯਾਰ, ਇਹ 2 ਖਾਲੀ, ਇੱਕ ਪਾਲ ਬੱਚੇ ਵਾਲੀ, ਬਾਕੀ ਗੱਭਣਾਂ, ਇੱਕ ਬੱਚੇ ਵਾਲੀ ਦੱਸ ਰਹੀ ਹੈ, ਬਾਕੀ ਗੱਭਣਾਂ ਦੱਸ ਰਹੀ ਹੈ ਜਨਾਬ। ਅਤੇ ਕਹਿ ਰਹੀ ਹੈ ਕਿ ਮੈਂ ਨਹੀਂ ਵੱਡੇ ਬਾਈਕਰ ਨਹੀਂ, ਬਾਕੀ ਉਹ ਡੀਲ ਕਰ ਰਹੀ ਹੈ ਗਾਹਕਾਂ ਨਾਲ, ਅਤੇ ਮੈਂ ਤੁਹਾਨੂੰ ਇਹਨਾਂ ਦਾ ਰੇਟ ਪੁੱਛ ਕੇ ਦੱਸਣਾ। ਕਹਿੰਦਾ 80 ਮੰਗਦੇ ਹੈ, ਕਹਿੰਦਾ 70, ਕਹਿੰਦਾ 80, ਔਰ ਘੱਟ ਘੱਟ ਰੇਟ ਵਾਲੀ ਕਿਹੜੀ, ਕਿਤਨੇ ਰੇਟ ਵਾਲੀ ਹੈ? ਘੱਟ ਤੋਂ ਘੱਟ ਰੇਟ 55,000 ਵਾਲੀ ਹੈ। 55 ਤੋਂ 80, 70-80 ਦਰਮਿਆਨ ਹੈ? ਹਾਂ। ਅੱਛਾ, ਠੀਕ, ਬਾਕੀ ਜਨਾਬ ਤੁਹਾਨੂੰ ਰਾਬਤਾ ਨੰਬਰ ਲੈ ਕੇ ਦਿੰਦੇ ਹਾਂ, ਜਿਹੜੀ ਤੁਹਾਨੂੰ ਬੱਕਰੀ ਪਸੰਦ ਆਵੇ ਅਤੇ ਉਹਦੇ ਤੁਹਾਨੂੰ ਵਟਸਐਪ ਤੋਂ ਮਜ਼ੀਦ ਤੁਹਾਨੂੰ ਰਾਬਤਾ ਕਰ ਸਕਣ। ਆਹਦਾ ਮੋਬਾਈਲ ਨੰਬਰ ਦੱਸਿਆ? 0305-20-2524-572। ਜਨਾਬ 12-13 ਬੱਕਰੀਆਂ ਬਾਈ ਕੋਲ ਖਲੋਤੀਆਂ ਅਤੇ ਕਹਿ ਰਹੀ ਆ ਹਰ ਦਾ ਰੇਟ ਮੁਖਤਲਿਫ ਹੈ, ਕਿਸੇ ਦਾ ਰੇਟ ਵੱਧ ਹੈ, ਕਿਸੇ ਦਾ ਘੱਟ ਹੈ। ਰਾਬਤੇ ਨਾਲ ਇਨਸ਼ਾਅੱਲਾ ਤੁਹਾਨੂੰ ਵਟਸਐਪ ਤੋਂ ਚੈੱਕ ਕਰੇ ਸਨ। ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਇਨਸ਼ਾਅੱਲਾ ਅਗਲੀ ਵੀਡੀਓ ਮਿਲ ਸਾ, ਅੱਲਾ ਹਾਫਿਜ਼।